ਤੇ ਹੁਣ ਜਨਾਬ ਮੈਂ ਜਿਹਨਾਂ ਨੂੰ ਬੁਲਾਉਣ ਲਗਾ ਉਹਨਾਂ ਵਾਸਤੇ ਮੈਂ ਆਖਾਂਗਾ ਕਿ ਪਹਿਲਾਂ ਸਾਰੇ ਬੰਦੇ ਤਾੜੀਆਂ ਮਾਰੋ ਇੱਕ ਵਾਰੀ ਖੁੱਲ੍ਹ ਕੇ ਜਨਾਬ ਮਾਝੇ ਦੇ ਬੱਟ ਸਾਹਿਬ ਨੂੰ ਕਿ ਉਹ ਸਟੇਜ ਤੇ ਆਵਣ ਵਾਟਫੋਰਡ ਤੋਂ ਤੇ ਇਹਨਾਂ ਨੇ ਜਨਾਬ ਬਣਾਏ ਨੇ 53 ਘੰਟੇ ਤੇ 17 ਮਿੰਟ ਇੱਕ ਵਾਰੀ ਫੇਰ ਤਾੜੀਆਂ ਹੋ ਜਾਣ ਫਸਟ ਪੋਜੀਸ਼ਨ ਹਾਸਲ ਕੀਤੀ ਆ ਇਹਨਾਂ ਨੂੰ £2000 ਦਾ ਇਨਾਮ ਦਿੱਤਾ ਗਿਆ ਜੀ ਹੁਣ ਜਨਾਬ ਜਿਤਨਾ ਦੋਸਤਾਂ ਨੇ ਸਾਡੇ ਨਾਲ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲਿਆ ਉਹ ਜਿਹੜੇ ਉਹਨਾਂ ਦੇ ਨਾਲ ਸ਼ੌਕ ਕਰਦੇ ਰਹੇ ਨੇ ਉਹਨਾਂ ਸਾਰਿਆਂ ਨੂੰ ਅਸਾਂ ਪੀਟਰਬਰੋ ਕਮੇਟੀ ਦੀ ਤਰਫੋਂ ਬਹੁਤ ਬਹੁਤ ਮੁਬਾਰਕਾਂ ਤੇ ਵੈਲਕਮ ਤੇ ਜੀ ਆਇਆਂ ਨੂੰ ਤੇ ਅਮਜੇ ਸਾਹਿਬ ਹੁਣ ਤੇ ਕਿਸੇ ਤਾਰਫ ਦੇ ਮੁਤਾਜ ਨਹੀਂ ਰਹੇ ਹਨ ਕਿ ਇਨਸ਼ਾਅੱਲਾ ਵਰਲਡ ਵਿੱਚ ਵੀ ਲੋਕ ਇਹਨਾਂ ਨੂੰ ਜਾਣਦੇ ਨੇ ਸਿਰਫ ਇੰਗਲੈਂਡ ਵਿੱਚ ਨਹੀਂ ਜਿਹੜਾ ਕੰਮ ਅਮਜੇ ਸਾਹਿਬ ਨੇ ਕਬੂਤਰ ਬਰੋਰੀ ਵਾਸਤੇ ਕੀਤਾ ਸ਼ਾਇਦ ਹੀ ਕੋਈ ਨਹੀਂ ਕਰ ਸਕੇਗਾ ਪ੍ਰਦੇਸ਼ ਵਿੱਚ ਰਹਿ ਕੇ ਇਹਨਾਂ ਨੇ ਇੱਕ ਦੇਖਣਾ ਇਸ ਚੀਜ਼ ਨੂੰ ਹੈ ਕਿ ਇਹਨਾਂ ਪੂਰੇ ਇੰਗਲੈਂਡ ਦੇ ਵਿੱਚੋਂ ਜਿਤਨੇ ਸਾਡੇ ਯਾਰ ਦੋਸਤ ਨੇ ਸੱਜਣ ਭੈਣ ਭਰਾ ਬਣੇ ਨੇ ਇਹਨਾਂ ਦੀ ਵਜ੍ਹਾ ਤੋਂ ਬਣੇ ਨੇ ਅਮਜੇ ਸਾਹਿਬ ਦੀ ਵਜ੍ਹਾ ਤੋਂ ਬਣੇ ਨੇ ਅਸੀਂ ਇੱਕ ਦੂਜੇ ਨਾਲ ਅਗਰ ਮਿਲੇ ਹਾਂ ਤੇ ਉਹ ਵੀ ਅਮਜੇ ਸਾਹਿਬ ਦੀ ਵਜ੍ਹਾ ਤੋਂ ਮਿਲੇ ਹਾਂ ਨਹੀਂ ਤੇ ਅਸੀਂ ਇੱਕ ਦੂਜੇ ਤੋਂ ਦੂਰ ਸਾਰਿਆਂ ਨੂੰ ਆਪਣੀ ਮਿਲ ਗਿਆ ਸ਼ੌਕ ਸੀ ਇਸ ਸ਼ੌਕ ਨੂੰ ਇਤਨਾ ਵਧਾਇਆ ਇਹਨਾਂ ਨੇ ਕਿ ਪਹਿਲੀ ਵਾਰ ਜਿਸ 2014 ਦੇ ਵਿੱਚ ਅਸੀਂ ਟੂਰਨਾਮੈਂਟ ਆਇਆ ਇਹਨਾਂ ਦਾ ਉਸ ਵੇਲੇ ਪਹਿਲਾਂ ਜਿੱਤਣ ਵਾਲਾ ਬੰਦਾ 40 ਘੰਟਿਆਂ ਨਾਲ ਜਿੱਤਿਆ ਸੀ ਉਸ ਵੇਲੇ ਤੇ ਅੱਜ ਅੱਲਾ ਦੀ ਮਿਹਰਬਾਨੀ ਨਾਲ ਕਿ ਆਖਰੀ ਬੰਦਾ ਜਿਹੜਾ ਉਹ ਵੀ 42 ਘੰਟਿਆਂ ਵਾਲਾ ਆਖਰੀ ਜਿਹੜਾ ਬੰਦਾ ਹੈ ਉਹ ਵੀ ਹੁਣ 42 ਘੰਟਿਆਂ ਵਾਲਾ ਕਿ ਦੇਖੋ 60 ਘੰਟੇ 70 ਘੰਟਿਆਂ ਤੱਕ ਮੇਰਾ ਮਤਲਬ ਇਹ ਟੂਰਨਾਮੈਂਟ ਗਿਆ ਸਾਡਾ ਹੁਣ ਤੇ ਇਸ ਵਾਸਤੇ ਮੈਂ ਜਨਾਬ ਹੁਣ ਦਾਅਵਾ ਦਿਆਂਗਾ ਜਨਾਬ ਅਦਨਾਨ ਭੱਟ ਸਾਹਿਬ ਨੂੰ ਭਾਈ ਨਵਾਜ਼ ਸਾਹਿਬ ਨੂੰ ਤਮੂਰ ਸਾਹਿਬ ਨੂੰ ਕਿ ਉਹ ਆਉਣ ਔਰ ਇਹਨਾਂ ਨੂੰ ਇੱਕ ਕੱਪ ਦੇਣ ਅਮਜੇ ਸਾਹਿਬ ਨੂੰ ਬਹੁਤ ਸਾਰੀਆਂ ਤਾੜੀਆਂ ਹੋ ਜੀ ਅਮਜੇ ਸਾਹਿਬ ਨਾਲ ਬਹੁਤ ਤਾੜੀਆਂ ਨਾਲ ਜੀ ਲਾਈਨ ਨਾਲ ਮਾਸ਼ਾਅੱਲਾ ਇਹਨਾਂ ਦੀ ਮਿਹਨਤਾਂ ਨਾਲ ਅੱਜ ਅਸੀਂ ਇਕੱਠੇ ਹੋਏ ਹਾਂ ਤੇ ਕਮਜ਼ੋਰੀ ਲੈਣ ਦੇ ਬੜੇ ਸ਼ੌਕ ਨਾਲ ਜਾ ਰਹੇ ਹਾਂ ਤੇ ਅੱਲਾ ਕਰੇ ਸਾਨੂੰ ਇਤਫਾਕ ਦੇ ਤੇ ਕਬੂਤਰ ਪਰਵੀਨ ਸਾਡੀ ਚੱਲਦੀ ਰਹੇ ਤੇ ਇਸ ਤਰ੍ਹਾਂ ਭਰਾ ਮਿਲਦੇ ਰਹੀਏ ਤੇ ਹਾਰ ਜਿੱਤ ਨਸੀਬਾਂ ਦੀ ਹੈ ਹਾਰ ਕੇ ਤੇ ਹੌਸਲਾ ਕਰਨਾ ਚਾਹੀਦਾ ਤਾਂ ਅਗਲੇ ਸਾਲ ਦੀ ਫਿਰ ਤਿਆਰੀ ਕਰਨੀ ਚਾਹੀਦੀ ਆ ਗਿਆ ਜ਼ਖਮੀ ਸ਼ੇਰ ਬੜਾ ਡੇਂਜਰਸ ਹੁੰਦਾ ਤੇ ਇਸ ਵਾਸਤੇ ਨਾ ਜਰਾ ਆਪਣੇ ਆਪ ਨੂੰ ਕਾਇਮ ਕਰੋ ਬਜਾਏ ਕਿ ਕੁਝ ਭਰਾ ਗੱਲਾਂ ਕਰ ਦਿੰਦੇ ਜੀ ਅਫਰਾਨ ਇਹ ਹੋ ਗਿਆ ਸਾਨੂੰ ਵੀ ਪਤਾ ਹੋ ਗਿਆ ਲੇਕਿਨ ਇਹਦੇ ਵਾਸਤੇ ਅਸੀਂ ਆਪਸ ਖਰਾਬੀਆਂ ਕਰਕੇ ਬਹਿ ਨਹੀਂ ਸਕਦੇ ਕਿਸੇ ਇੱਕ ਦੋ ਬੰਦੇ ਨੇ ਅਗਰ ਚਲੋ ਚਲਾਕੀ ਵੀ ਕਰ ਦਿੱਤੀ ਕੀ ਹੋ ਗਿਆ 100 ਬਿਲ ਕਰ ਲਿਆ 200 ਕਰ ਲਿਆ 500 ਕਰ ਲਿਆ ਪੈਸੇ ਦੀ ਇੱਥੇ ਕੋਈ ਅਹਿਮੀਅਤ ਨਹੀਂ ਹੈ ਉਹ ਵੀ ਸਕੂਨ ਨਾਲ ਸੋਏਗਾ ਨਹੀਂ ਉਹਨੂੰ ਵੀ ਪਤਾ ਕਿ ਮੈਂ ਕੁਝ ਕੀਤਾ ਹੈ ਇੱਕ ਦਿਨ ਤਾਂ ਫੜੇ ਜਾਣਾ ਮੀਆਂ ਸਾਹਿਬ ਫੜੇ ਗਏ ਤਾਂ ਸਾਰੇ ਫੜੇ ਜਾਣਗੇ ਔਰ ਨਹੀਂ ਜਲਦੀ ਨਹੀਂ ਔਰ ਤਾਂ ਅੱਡ ਹੈ ਨਾ ਮੈਂ ਗਲਤੀ ਕੀਤੀ ਹੈ ਇੱਕ ਦਿਨ
ਮੇਰੀ ਵੀ ਮੇਰੀ ਸ਼ਾਮਤ ਆ ਜਾਣੀ ਹੈ ਲੇਕਿਨ ਪਤਾ ਹੁੰਦਾ ਮੈਂ ਕੁਝ ਕੀਤਾ ਹੈ ਕੁਝ ਹੋਣਾ ਮੈਂ ਸਾਰੀ ਆ ਜੀ ਮੀਆਂ ਸਾਹਿਬ ਦੀ ਪਾਰਟੀ ਦੇ ਬੰਦੇ ਨੇ ਲੇਕਿਨ ਇਹ ਉਹਨਾਂ ਨੇ ਗੱਲ ਕੀਤੀ ਜਿਹੜਾ ਫੈਸਲਾ ਹੋ ਚੁੱਕਿਆ ਉਹਦੇ ਮੁਤਾਬਕ ਇਲਜ਼ਾਮ ਨਹੀਂ ਲਾਇਆ ਕਿ ਮੁਜਰਮ ਕਰਾਰ ਦਿੱਤੇ ਕਿ ਨਹੀਂ ਸਵਾਗਤ ਕੀਤਾ ਸਾਰੀ ਇਹ ਸਿਆਸੀ ਦੀ ਪਾਰਟੀ ਦੀ ਹੈ ਵੈਸੇ ਮੇਰੇ ਮੂੰਹ ਚੋਂ ਨਿਕਲ ਗਿਆ ਵੈਸੇ ਤਬਦੀਲੀ ਆਈ ਰੇ ਤਬਦੀਲੀ ਆਈ ਰੇ ਗਾਉਂ ਨਜ਼ਰ ਆਈ ਨਾ ਚਲੋ ਮੈਂ ਕਰਨਾ ਅੱਛਾ ਦੋ ਸ਼ੇਰ ਆਖ ਸਾ ਤਾਂ ਪਤਾ ਨੀ ਪੁਰਾਣੇ ਸ਼ਾਇਦ ਪਹਿਲਾਂ ਆਖੇ ਹੋਣੇ ਕਬੂਤਰ ਮੇਰੇ ਬੜੇ ਨੇ ਸਾਦੇ 20 ਕਿਲੋ ਇੰਨਾ ਬਦਾਮ ਨੇ ਖਾਂਦੇ ਛੱਤ ਤੋਂ ਤੂੰ ਜਦ ਉੱਡ ਜਾਂਦੇ ਨੇ ਵਿੱਚ ਸਮਾਨਾ ਡੁੱਬ ਜਾਂਦੇ ਨੇ ਸ਼ਾਮ ਤਰੇ ਤੱਕ ਘਰ ਨਹੀਂ ਆਉਂਦੇ ਬੈਰੀ ਦੇ ਵੀ ਹੱਥ ਨਹੀਂ ਆਉਂਦੇ ਸ਼ਰੀਕਾਂ ਦਾ ਅਹਿਸਾਸ ਨਹੀਂ ਸਿਖਾਉਂਦੇ ਟੂਰਨਾਮੈਂਟ ਇਹ ਮੈਨੂੰ ਜਿਤਾਉਂਦੇ ਤੇ ਇਹ ਸੋਹਣਾ ਕੱਪ ਵੀ ਮੈਨੂੰ ਦਿਲਾਉਂਦੇ ਤੇ ਕਬੂਤਰ ਮੇਰੇ ਨੇ ਬੜੇ ਸਾਦੇ ਇਹਨਾਂ ਨਾਲ ਪਿਆਰ ਕਰੋ ਹੈ ਜੀ ਸਭ ਭਰਾਵਾਂ ਨੂੰ ਜੀ ਆਇਆਂ ਨੂੰ ਤੇ ਦਿਲ ਤੇ ਕੋਈ ਗੱਲ ਨਾ ਲਾਇਆ ਕਰੋ ਛੋਟੀਆਂ ਮੋਟੀਆਂ ਹੁੰਦੀਆਂ ਨੇ ਫਲਾਣੇ ਬੰਦੇ ਗੱਲ ਉਹੀ ਹੁੰਦੀ ਹੈ ਜਿਹੜਾ ਕਿਸੇ ਨੂੰ ਮੂੰਹ ਚੁੱਕੇ ਮੈਨੂੰ ਪਿੱਛੋਂ ਸਾਰੇ ਕਹਿੰਦੇ ਨੇ ਡਾਰ ਸਾਹਿਬ ਇਸ ਤਰ੍ਹਾਂ ਠੀਕ ਹੈ ਮੈਂ ਹੌਸਾ ਮੈਂ ਨਹੀਂ ਕਹਿੰਦਾ ਕਿ ਇੱਕ ਬੰਦਾ ਮੈਂ ਪਰਫੈਕਟ ਹਰ ਬੰਦੇ ਵਾਸਤੇ ਪਰਫੈਕਟ ਹਾਂ ਹਰ ਬੰਦੇ ਵਾਸਤੇ ਪਰਫੈਕਟ ਨਹੀਂ ਹੈ ਤੇ ਇਸ ਵਾਸਤੇ ਪਿਆਰ ਮੁਹੱਬਤ ਦੀ ਚੰਗੀ ਗੱਲ ਹੈ ਜਿਹੜਾ ਬੰਦਾ ਮੂੰਹ ਤੇ ਇੱਜ਼ਤ ਕਰੇ ਸਮਝੋ ਇਹ ਅੱਛਾ ਠੀਕ ਹੈ ਪਰ ਪਿੱਛੋਂ ਗਾਲਾਂ ਕੱਢੇ ਕੋਈ ਗੱਲ ਨਹੀਂ ਪਿਛਲੀ ਗੱਲ ਨੂੰ ਛੋੜੋ ਮੂੰਹ ਤੇ ਦੇਖੋ ਕਿ ਬੰਦਾ ਕੀ ਕਰਦਾ ਸਭ ਭਰਾਵਾਂ ਦਾ ਬੜਾ ਥੈਂਕ ਯੂ ਹੁਣ ਹਾਜੀ ਸਾਹਿਬ ਕੋਈ ਸ਼ੇਰ ਸ਼ੂਰ ਸੁਣਾਉਣਗੇ ਤੇ ਕੋਈ ਗੱਪ ਲਾ ਅਗਰ ਕੋਈ ਦੋਸਤ ਵੀ ਆਉਣਾ ਚਾਹੁੰਦਾ ਹੈ ਸਟੇਜ ਉੱਤੇ ਤੇ ਆ ਸਕਦਾ ਹੈ ਜੀ ਆਪਣੇ ਆਉਣਗੇ ਨਾ ਖਾਜਾ ਸਾਹਿਬ ਕਿੱਥੇ ਨੇ ਖਾਜਾ ਸਾਹਿਬ ਕਹਿੰਦੇ ਕੋਈ ਸ਼ੇਰ ਸੁਣਾਉਣੇ ਨੇ ਬਿਲਕੁਲ ਖਾਜਾ ਸਾਹਿਬ ਕੁਰਬਾਨ ਸਾਹਿਬ ਆਉਣ ਝੂਠ ਦੀ ਤਾਣੀ ਹਰ ਕੋਈ ਤਣਦਾ ਝੂਠ ਦੀ ਤਾਣੀ ਉਹ ਹਰ ਕੋਈ ਤਣਦਾ ਸੱਚ ਦੀ ਤਾਣੀ ਇੱਥੇ ਤਣਦਾ ਕੋਈ ਨੀ ਝੂਠ ਦੀ ਤਾਣੀ ਹਰ ਕੋਈ ਤਣਦਾ ਤੇ ਸੱਚ ਦੀ ਤਾਣੀ ਤਣਦਾ ਕੋਈ ਨੀ ਝੂਠੀਆਂ ਗੱਲਾਂ ਜਗ ਸਾਰਾ ਸੁਣਦਾ ਉਹ ਝੂਠੀਆਂ ਗੱਲਾਂ ਜਗ ਸਾਰਾ ਸੁਣਦਾ ਸੱਚੀ ਗੱਲ ਤੇ ਮੇਰੀ ਸੁਣਦਾ ਹੀ ਕੋਈ ਨਹੀਂ ਤੇ ਹਰ ਕੋਈ ਬਣਿਆ ਫਿਰੇ ਮਦਾਰੀ ਇੱਥੇ ਹਰ ਕੋਈ ਬਣਿਆ ਫਿਰੇ ਮਦਾਰੀ ਉਹ ਮੈਨੂੰ ਸੱਚਾ ਮਦਾਰੀ ਤੇ ਮਿਲਦਾ ਹੀ ਕੋਈ ਨਹੀਂ ਤੇ ਹੀਰਾਂ ਬਣ ਬਣ ਬਹਿੰਦੀਆਂ ਇੱਥੇ ਉਹ ਹੀਰਾਂ ਬਣ ਬਣ ਬਹਿੰਦੀਆਂ ਇੱਥੇ ਤੇ ਨਸੀਬ ਦਾ ਰਾਂਝਾ ਐਵੇਂ ਮਿਲਦਾ ਕੋਈ ਨਹੀਂ ਉਹ ਜਿਹੜਾ ਖੋਲੇ ਮੇਰੇ ਦਿਲ ਦਾ ਕੁੰਡਾ ਉਹ ਜਿਹੜਾ ਖੋਲੇ ਮੇਰੇ ਦਿਲ ਦਾ ਕੁੰਡਾ ਉਹ ਸੱਜਣ ਦੇ ਮੈਨੂੰ ਮਿਲਦਾ ਕੋਈ ਨਹੀਂ ਤੇ ਕਿਹਨੂੰ ਸੁਣਾਈਏ ਖਾਜਾ ਵੀ ਦਿਲ ਦਾ ਦੁੱਖੜਾ ਉਹ ਇੱਥੇ ਦਿਲ ਦਾ ਦੁੱਖੜਾ ਕਿਸੇ ਦਾ ਸੁਣਦਾ ਕੋਈ ਨਹੀਂ ਆਪਕੋ ਇਜਾਜ਼ਤ ਦੇਤਾ ਤੋ ਫਿਰ ਮੈਂ ਉਰਦੂ ਕੀ ਨਜ਼ਮ ਆਪਸੇ ਪੇਸ਼ ਕਰੂੰ ਬਹੁਤ ਸ਼ੁਕਰੀਆ ਦਿਲ ਰਾਜ਼ੇ ਹਕੀਕਤ ਬਿਆਨ ਕਰੂੰ ਮੈਂ ਕਿਸ ਤਰ੍ਹਾਂ ਦਿਲ ਰਾਜ਼ੇ ਹਕੀਕਤ ਬਿਆਨ ਕਰੂੰ ਮੈਂ ਕਿਸ ਤਰ੍ਹਾਂ ਦਿਲ ਕੀ ਸਾਦਾ ਕਫੀਅਤ ਅਯਾਂ ਕਰੂੰ ਮੈਂ ਕਿਸ ਤਰ੍ਹਾਂ